ਬਟਾਲਾ ਖਤੀਬਾ ਮੂਰਤੀ ਰਜਿੰਦਰਾ ਵਾਈਂ ਦੇ ਠੇਕੇ ਤੇ ਮੋਟਰਸਾਈਕਲ ਦੇ ਚਾਰ ਲੋਕਾਂ ਵੱਲੋਂ ਪੈਟਰੋਲ ਬੰਬ ਨਾਲ ਕੀਤਾ ਗਿਆ ਹਮਲਾ। ਇਸ ਹਮਲੇ ਨਾਲ ਠੇਕੇ ਅੰਦਰ ਲੱਗੀ ਅੱਗ ਹਮਲਾਵਰ ਮੌਕੇ ਤੇ ਹੋਏ ਫਰਾਰ। ਆਸ ਪਾਸ ਦੇ ਲੋਕਾਂ ਦੀ 64 ਤਨ ਜ਼ਿਆਦਾ ਨੁਕਸਾਨ ਤੋਂ ਹੋਇਆ ਬਚਿਆ। ਇਸੇ ਕੰਪਨੀ ਦੇ ਠੇਕੇ ਤੇ ਕੁਝ ਦਿਨ ਪਹਿਲਾਂ ਵੀ ਕੁਝ ਲੋਕਾਂ ਵੱਲੋਂ ਪੈਟਰੋਲ ਛਿੜ ਕੇ ਅੱਗ ਲਾਉਣ ਦੀ ਕੀਤੀ ਸੀ ਕੋਸ਼ਿਸ਼। ਪਹਿਲੇ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ। ਇਤਲਾਹ ਮਿਲਦੇ ਹੀ ਮੌਕੇ ਤੋਂ ਪੁਲਿਸ ਟੀਮ ਨਾਲ ਪਹੁੰਚੀ SP ਬਟਾਲਾ ਨੇ ਕਿਹਾ ਜਾਂਚ ਕਰ ਰਿਹਾ ਤੇ ਜਲਦੀ ਹੀ ਮੁਰਾਮਾ ਨੂੰ ਟ੍ਰੇਸ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼। ਇੱਕ ਮੁੰਡਾ ਆਇਆ ਪਹਿਲੇ, ਉਹਨੇ ਬਾਹਰੋਂ ਨਾ ਇੱਕ ਪੋਲੀਥੀਨ ਮਾਰਿਆ ਪੈਟਰੋਲ ਦਾ, ਤੇ ਪੈਟਰੋਲ ਮਾਰ ਕੇ ਨਾ ਤੇ ਮੈਂ ਅੰਦਰ ਨੂੰ ਭੱਜ ਗਿਆ। ਉਹਨੇ ਅੱਗ ਲਾਤੀ ਡੰਡੇ ਨਾਲ, ਤੇ ਇੱਕ ਦੂਜਾ ਆਇਆ ਉਹਨੇ ਬੋਤਲ ਮਾਰੀ ਪੈਟਰੋਲ ਦੀ, ਬੋਤਲ ਜੰਗਲੇ ਦੇ ਅੰਦਰ ਨਹੀਂ ਗਈ, ਉਹ ਬੋਤਲ ਥੱਲੇ ਡੇ ਪਈ, ਪੈਟਰੋਲ ਇੱਥੋਂ ਤੱਕ ਫੈਲ ਗਿਆ ਬਾਹਰ ਤੱਕ। ਬਾਕੀ ਮੈਂ ਆਪਣੀ ਜਾਨ ਬਚਾਈ ਹੈ, ਅੰਦਰ ਭੱਜ ਗਿਆ, ਧੂੰਆਂ ਹੀ ਧੂੰਆਂ ਹੋ ਗਿਆ। ਅਤੇ ਮੈਂ ਭਾਅ ਜੀ ਨੂੰ ਨਾਲ ਦੇ ਨੂੰ ਢਾਬੇ ਵਾਲੇ ਨੂੰ ਮੈਂ ਆਵਾਜ਼ਾਂ ਮਾਰੀਆਂ ਕਿ ਵਿਚਾਲਾ ਅੱਗ ਲਾਤੀ ਆ, ਇਹਨੇ ਪਾਣੀ ਦੀਆਂ ਬੋ ਪਾ ਕੇ ਬਾਲਟੀਆਂ 'ਤੇ ਅੱਗ ਬੁਝਾਈ, ਅਤੇ ਮੈਂ ਬਾਹਰ ਨਿਕਲਿਆ, ਮੇਰਾ ਸਾਹ ਨਾ ਨਿਕਲੇ ਅੰਦਰੋਂ, ਅਤੇ ਮੈਂ ਉੱਥੇ ਪਈ ਫੋਲਡਿੰਗ 'ਤੇ ਚਾਦਰ, ਮੈਂ ਉਹ ਮੂੰਹ 'ਤੇ ਰਾ ਲਈ, ਅਤੇ ਇਸ ਕਰਕੇ ਚਲੋ ਬਚਾਅ ਹੋ ਗਿਆ। ਅਤੇ ਮਾੜਾ ਮੋਟਾ ਇਹਨਾਂ ਨੇ ਵੀ ਕਰਤਾ, ਆਵਾਜ਼ਾਂ ਮਾਰੀਆਂ ਨੇ, ਅਤੇ ਉਹ ਆਪਣੇ ਤੌਰ 'ਤੇ ਕਿ ਪੂਰੀ ਤਰ੍ਹਾਂ ਅੱਗ ਲਾਉਣ ਹੀ ਆਏ। ਮੇਰੇ 'ਤੇ ਨਹੀਂ ਪਿਆ ਪੈਟਰੋਲ, ਮੇਰੇ 'ਤੇ ਪੈ ਸੇਕਾ ਜ਼ਰੂਰ ਲੱਗਾ ਮੇਰੇ ਮੂੰਹ ਨੂੰ, ਪਰ ਮੈਂ ਅੰਦਰ ਭੱਜ ਗਿਆ, ਇਸ ਕਰਕੇ ਮੇਰਾ ਬਚਾਅ ਹੋ ਗਿਆ। ਮੇਰੀ ਕੋਈ ਨਹੀਂ ਰੰਜਿਸ਼, ਮੈਂ ਸ਼ਹਿਰ ਦਾ ਬੰਦਾ, ਮੇਰੀ ਕੋਈ ਗੱਲਬਾਤ ਨਹੀਂ। ਇਹ ਮੁੰਡੇ ਦੇਖੋ ਜੀ, 2 ਆਏ ਸੀ ਮੇਰੇ ਕੋਲ, ਬਾਕੀ ਮੋਟਰਸਾਈਕਲ ਦੇ ਕਹਿਣ ਡਿਆ ਮੈਂ ਤਾਂ ਅੰਦਰ ਭੱਜ ਗਿਆ, ਬਾਕੀ ਇਹਨਾਂ ਨੇ ਵੇਖਿਆ, ਇਹ ਦੱਸਣ ਡਿਆ ਸੀ ਕਿ 2 ਮੁੰਡੇ ਉੱਥੇ ਖਲੋਤੇ ਅਤੇ 2 ਮੁੰਡੇ ਅੱਗੇ ਆਏ ਸੀ, ਨਹੀਂ ਅੱਗੇ ਨਹੀਂ ਕਦੀ ਆਏ। ਅੱਜ ਬੀਤੀ ਸ਼ਾਮ ਸਾਡੇ ਇੱਥੇ ਖਤੀਬ ਮੋੜ ਦੇ ਨਾਂ ਦੇ ਲਾਇਸੈਂਸੀ ਠੇਕਾ ਸਾਡਾ ਜੀ, ਇੱਥੇ ਕੋਈ 4 ਬੰਦੇ ਹਨ, ਪਛਾਤੇ 2 ਮੋਟਰਸਾਈਕਲਾਂ 'ਤੇ ਆਏ ਹਾਂ। ਉਹਨਾਂ ਨੇ ਇੱਕ ਪੈਟਰੋਲ ਬੰਬ ਇਹਦੇ ਅੰਦਰ ਸੁੱਟ ਕੇ ਸਾਡੇ ਸੇਲਮੈਨ ਨੂੰ ਅਤੇ ਠੇਕੇ ਨੂੰ ਅੱਗ ਲਾਉਣੀ ਚਾਹੀਦੀ ਹੈ। ਇਹ ਤਾਂ ਲਾਗੇ ਹਾਤੇ ਵਾਲੇ ਦੀ ਬਹਾਦਰੀ ਦੇ ਨਾਲ ਅੱਜ ਉਹ ਸਾਡਾ ਸੇਲਮੈਨ ਬਚ ਗਿਆ ਜੀ। ਅੱਜ ਤੋਂ 72 ਘੰਟੇ ਪਹਿਲਾਂ ਵੀ ਸਾਡਾ ਮੇਨ ਜਿਹੜਾ ਸਿੰਬਲ ਚੌਂਕ ਦਫ਼ਤਰ ਆ, ਉਸ 'ਤੇ ਵੀ ਰਾਤ 1 ਵਜੇ ਪੈਟਰੋਲ ਬੰਬ ਸੁੱਟ ਕੇ ਪੈਟਰੋਲ ਸਾਰੇ ਠੇਕੇ 'ਤੇ ਮੇਨ ਦਫ਼ਤਰ ਪਾ ਕੇ ਉੱਥੇ ਅੱਗ ਲਾਈ ਗਈ। ਉਹਦੀ ਵੀ ਮੈਂ CCTV ਤੁਹਾਨੂੰ ਪੇਸ਼ ਕੀਤੀ ਹੈ ਜੀ। ਅੱਜ ਤੋਂ ਕੁਝ ਦਿਨ ਪਹਿਲਾਂ ਸਾਡੀ ਰਜਿੰਦਰਾ ਵਾਈਨ ਫਰਮ ਨੂੰ ਕੋਈ ਫਰੌਤੀ ਲਈ ਕਾਲ ਆਈਆਂ ਸੀ, ਅਤੇ ਉਹਨਾਂ ਨੇ ਕਿਹਾ ਸੀ ਵੀ ਸਰਕਾਰ ਨੂੰ ਰੈਵੀਨਿਊ ਨਾ ਪੇ ਕਰੋ, ਤੁਸੀਂ ਸਾਨੂੰ ਕਰਾਈ ਦਿਓ, ਕੋਈ ਰੈਵੀਨਿਊ ਨਾ ਸਰਕਾਰ ਨੂੰ ਦੇਣਾ। ਅਸੀਂ ਸਾਡੀ ਰਜਿੰਦਰਾ ਵਾਈਨ ਦੇ ਓਨਰ ਜਿਹੜੇ, ਉਹਨਾਂ ਨੇ ਉਹਨਾਂ ਨੂੰ ਗਰਾਹੀ ਵਾਸਤੇ ਹਾਮੀ ਨਹੀਂ ਭਰੀ ਜੋ ਫਰੌਤੀ ਮੰਗੀ ਉਹਨਾਂ ਨੇ, ਉਹਨਾਂ ਨੇ ਮੁੜ ਕੇ ਦੁਬਾਰਾ ਧਮਕੀ ਦਿੱਤੀ ਕਿ ਤੁਸੀਂ ਇਹਦਾ ਅੰਜਾਮ ਭੁਗਤਣ ਨੂੰ ਤਿਆਰ ਰਹੋ। ਸਾਨੂੰ ਤਾਂ ਇਹ ਜਿਹੜਾ ਇਹ ਕੋਈ ਬੜਾ ਵੱਡਾ ਕੀ ਕਹਿੰਦੇ ਨੇ ਸਮਾਜ ਵਿਰੋਧੀ ਅੰਸਰਾਂ ਤੋਂ ਖਤਰਾ ਆ, ਵੀ ਅਸੀਂ ਇੱਕ ਸਾਡਾ ਅਸੀਂ ਸਰਕਾਰ ਦੇ ਪੰਜਾਬ ਸਰਕਾਰ ਦੇ ਲਾਇਸੈਂਸੀ, ਅਸੀਂ ਸਰਕਾਰ ਨੂੰ ਹਰ ਮਹੀਨੇ ਲੱਖਾਂ ਰੁਪਈਏ ਰੈਵੀਨਿਊ ਪੇਸ਼ ਕਰ ਰਹੇ ਹਾਂ, ਪਰ ਹੁਣ ਅਸੀਂ ਸਾਰਾ ਜੋ ਸਾਡੀ ਰਜਿੰਦਰਾ ਵਾਈਨ ਫਰਮ ਇਸ ਟਾਈਮ ਸਹਿਮ ਦੇ ਮਾਹੌਲ 'ਚ ਆ, ਸਾਨੂੰ ਕਿਸੇ ਟਾਈਮ ਵੀ ਇਹਨਾਂ ਸਮਾਜ ਵਿਰੋਧੀ ਅੰਸਰਾਂ ਕੋਲੋਂ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੀ। ਇਹ ਸਾਡਾ 72 ਘੰਟਿਆਂ ਦੇ ਵਿੱਚ ਦੂਜੇ ਠੇਕੇ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਜੀ। ਮੈਂ ਹਾਂਜੀ ਨਾਕਾ ਲੱਗਾ ਸੀ, ਪਰ ਉਸ ਟਾਈਮ ਉੱਥੇ ਕੋਈ ਨਹੀਂ ਸੀ ਮੁਲਾਜ਼ਮ ਜੀ, ਉਹ ਮੈਂ ਤੁਹਾਨੂੰ CCTV ਦੇ ਦਿੱਤੀ ਹੈ। ਉਹ ਸ਼ਰੇਆਮ ਮੋਟਰਸਾਈਕਲ 'ਤੇ ਮੁੰਡੇ ਆਉਂਦੇ ਆ ਜੀ, ਅਤੇ ਇੱਦਾਂ ਪੈਟਰੋਲ ਪਾ ਕੇ ਅਤੇ ਠੇਕੇ ਨੂੰ ਅੱਗ ਲਾ ਜਾਂਦੇ ਆ ਜੀ। ਨਹੀਂ ਉੱਥੇ ਠੇਕੇ ਉਸ ਦਿਨ ਮੁਲਾਜ਼ਮ ਹੈ ਹੀ ਨਹੀਂ ਸੀ, ਕੋਈ ਬਾਹਰ ਸ਼ਾਇਦ ਡਿਊਟੀ ਗਏ ਹੁਣ, ਉੱਥੇ ਨਾਕਾ ਕੋਈ ਨਹੀਂ ਸੀ ਜੀ। ਮੈਂ ਤਾਂ ਪੰਜਾਬ ਸਰਕਾਰ ਨੂੰ CM ਸਾਹਿਬ ਕੋਲ ਇਹੀ ਮੰਗ ਕਰਦਾ ਹਾਂ ਕਿ ਸਾਨੂੰ ਇੱਕ ਸਾਫ਼ ਸੁਥਰਾ ਇਨਵਾਇਰਮੈਂਟ ਦਿੱਤਾ ਜਾਵੇ। ਅਸੀਂ ਤੁਹਾਡੇ ਲਾਇਸੈਂਸੀ ਹਾਂ, ਅਸੀਂ ਹਰ ਮਹੀਨੇ ਇੰਨਾ ਰੈਵੀਨਿਊ ਪੇ ਕਰਦੇ ਹਾਂ, ਅਤੇ ਇੱਦਾਂ ਸ਼ਰੇਆਮ ਸਾਡੇ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋ ਰਿਹਾ ਜੀ, ਅਤੇ ਇਹਦੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੀ। ਜੋ ਵੀ ਇਸਦੇ ਪਿੱਛੇ ਆ ਉਸਦੀ ਜਿਹੜੀ ਨਿਰਪੱਖ ਜਾਂਚ ਹੋ ਕੇ ਉਸ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਇਹ ਸਾਡੇ ਇੱਥੇ ਬਟਾਲਾ ਬਾਈਪਾਸ ਹਾਈਵੇ 'ਤੇ ਇੱਕ ਠੇਕਾ ਹੈ ਰਜਿੰਦਰਾ ਵਾਈਨਸ ਦਾ। ਸੋ ਇੱਥੇ ਥੋੜ੍ਹਾ ਦੇਰ ਪਹਿਲਾਂ, 1 ਘੰਟਾ 1.5 ਘੰਟਾ ਪਹਿਲਾਂ ਇੱਥੇ ਕੁਝ ਸ਼ਰਾਰਤੀ ਬੰਦਿਆਂ ਨੇ ਇੱਥੇ ਮੋਟਰਸਾਈਕਲ 'ਤੇ ਆਏ ਨੇ, ਅਤੇ ਉਹਨਾਂ ਨੇ ਕੋਈ ਫਿਊਲ ਪੈਟਰੋਲ ਜਾਂ ਡੀਜ਼ਲ ਇੱਦਾਂ ਦਾ ਕੋਈ ਫਿਊਲ ਸੀ ਜਿਹੜਾ ਉਹਨਾਂ ਨੇ ਲਿਫਾਫੇ ਦੇ ਵਿੱਚ ਕੈਰੀ ਕੀਤਾ ਸੀ, ਉਹ ਥਰੋ ਕਰਕੇ ਅਤੇ ਅੱਗ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਆ। ਅੱਗ ਲੱਗ ਗਈ ਆ, ਲੇਕਿਨ ਚਲੋ ਫੋਰਚੂਨੇਟਲੀ ਲਾਗੇ ਢਾਬੇ ਦੇ ਲਾਗੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਸਡਨਲੀ ਜਿਹੜੀ ਆ ਅੱਗ ਬੁਝਾ ਲਈ ਆ। ਸੋ ਅਸੀਂ ਇਹਨਾਂ ਦਾ ਬਿਆਨ ਲੈ ਕੇ ਅਸੀਂ ਜਿਹੜੇ ਉਹਨਾਂ ਦੋਸ਼ੀਆਂ ਦੇ ਉੱਤੇ ਕੇਸ ਰਜਿਸਟਰ ਕਰ ਰਹੇ ਹਾਂ। ਕੇਸ ਰਜਿਸਟਰ ਕਰਕੇ ਮੁਕੱਦਮੇ ਤਫਤੀਸ਼ ਚੱਲ ਰਹੀ ਹੈ, ਅਸੀਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ। ਨੁਕਸਾਨ ਇਹਨਾਂ ਦਾ ਫਰੰਟ ਦੇ ਸਾਈਡ ਦੇ ਉੱਤੇ ਜਿਹੜੀ ਅੱਗ ਜਿਹੜੀ ਉਹ ਪਈ ਆ, ਕੁਝ ਡੱਬੇ ਪਏ ਸੀ ਉਹ ਝੁਲਸ ਗਏ ਨੇ, ਇੱਕ ਰੈਫਰੀਜਰੇਟਰ ਇਹਨਾਂ ਦਾ ਪਿਆ ਉਹ ਝੁਲਸਿਆ ਆਇਆ ਬਾਹਰੋਂ। CCTV ਫੁਟੇਜ ਅਸੀਂ ਚੈੱਕ ਕਰ ਰਹੇ ਹਾਂ, ਅਸੀਂ ਮੌਕੇ 'ਤੇ ਆਏ ਹੋਏ ਹਾਂ।
जी जी इस तो पहला भी एक जी बंद ठेके के उत्ते जी अग लाने की कोशिश की गई सी उसकी भी असी साड़ी दोनों केसों के जी इन्वेस्टिगेशन चल रही है असी साढ़े को कुछ क्लू है असं जल्द इन्होंने ट्रेस कर लें जी नाकाबंदी भी जी ऑडिशनल नाकाबंदी जी वधाई गई है तो सिक्योरिटी के प्रबंध किए गए हैं।